भवानीगढ़ ਦੇ ਵਿੱਚ आशा ਵਰਕਰਾਂ ਤੇ ਸਫਾਈ ਕਰਮਚਾਰੀਆਂ ਵੱਲੋਂ ਸਾਂਝੇ ਤੌਰ ਤੇ ਪ੍ਰਦਰਸ਼ਨ ਕੀਤਾ ਗਿਆ। इस मौके सफाई ਕਰਮਚਾਰੀਆਂ ਤੇ आशा ਵਰਕਰਾਂ ਨੇ ਪੰਜਾਬ ਦੇ ਵਿੱਚ ਲਾਏ ਜਾ ਰਹੇ ਜੱਜੂਆ ਟੈਕਸ ਅਤੇ ਨਸ਼ੇ ਦੇ ਖਿਲਾਫ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਸਰਕਾਰ ਦਾ ਪੁਤਲਾ ਜਲਾਇਆ। जो ਤੁਸੀਂ ਅੱਜ ਇਹ ਪੁਤਲਾ ਸਾੜੇ ਕਾਹਦੇ ਸਬੰਧ ਵਿੱਚ ਸਾੜੇ ਇਹ ਪੁਤਲਾ ਸਾਡਾ ਅਸੀਂ ਜਿਹੜੀ ਫੈਡਰੇਸ਼ਨ ਹੈ ਫੈਡਰੇਸ਼ਨ ਦੇ ਵਿੱਚ ਕੋਆਰਡੀਨੇਟ ਆ ਜਿਹੜੀ ਇੱਕ ਸਾਂਝੇ ਤੌਰ ਤੇ ਆਸ਼ਾ ਵਰਕਰ ਤੇ ਸਫਾਈ ਸੇਵਕ ਯੂਨੀਅਨ ਕਲੈਰੀਕਲ ਯੂਨੀਅਨ ਇੱਕ ਸਾਂਝੇ ਤੌਰ ਤੇ ਸਾਨੂੰ ਫੈਡਰੇਸ਼ਨ ਵੱਲੋਂ ਜਿਹੜੇ ਹੁਕਮ ਹੋਏ ਨੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਚੰਜੂਆ ਟੈਕਸ ਚੁਲਾਈ ਤੋਂ ਜਿਹੜੀ ਸਰਕਾਰ ਆ ਕੈਪਟਨ ਸਰਕਾਰ ਇਹ ਲਾਗੂ ਕਰਨ ਜਾ ਰਹੀ ਹੈ। ਇਹ ਸਿੱਧਾ ਜੇਬਾਂ ਤੇ ਡਾਕਾ ਹੈ। ਹੋਰ ਬਹੁਤ ਸਾਰੀਆਂ ਜਿਹੜੀਆਂ ਕੁਨੀਤੀਆਂ ਜਿਹੜੀਆਂ ਕਰਕੇ ਜਿਹੜਾ ਸਰਕਾਰ ਦਾ ਪੁਤਲਾ ਫੂਕਿਆ ਜਾ ਰਿਹਾ ਹੈ ਰੋਸ ਵਜੋਂ। ਜੇ ਅਗਰ ਤੁਹਾਡੀ ਨਾ ਸੁਣਵਾਈ ਤਾਂ ਤੁਸੀਂ ਅੱਗੇ ਜੇ ਸਾਡੀ ਨਾ ਸੁਣਵਾਈ ਹੋਈ ਪਹਿਲਾਂ ਤਾਂ ਅਸੀਂ 8 ਤਰੀਕ ਨੂੰ ਐਤਵਾਰ ਨੂੰ ਜਲੰਧਰ ਵਿਖੇ ਇੱਕ ਸਾਂਝੀ ਕਨਵੈਨਸ਼ਨ ਕਰਨ ਜਾ ਰਹੇ ਹਾਂ ਜੇ ਉਹ ਵੀ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਲਈ ਹੈ। ਜੇ ਸਰਕਾਰ ਇਹ ਸਾਡੀਆਂ ਮੰਗਾਂ ਨਹੀਂ ਮੰਨਦੀ ਜਾਂ ਆਪਣੀ ਆਵਾਜ਼ ਨਹੀਂ ਆਉਂਦੀ ਤਾਂ ਸਾਨੂੰ ਇਹ ਸੰਘਰਸ਼ ਹੋਰ ਤਿੱਖਾ ਕਰਨਾ ਪਊ। ਇਹ ਸਾਡੀ ਮਜਬੂਰੀ ਹੋਊਗੀ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਹੈ ਰਜਿੰਦਰ ਕੌਰ ਕਾਕੜਾ ਜੀ। ਤੇ ਕੀ ਸੰਬੰਧ ਵਿੱਚ ਤੁਸੀਂ ਪੁਤਲਾ ਸੜਾਈ ਹੈ ਜੀ? ਅਸੀਂ ਇੱਕ ਤਾਂ ਜੰਜੂਆ ਟੈਕਸ ਜੀ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਨਸ਼ਿਆਂ ਦੇ ਵਿਰੁੱਧ ਤੇ ਆਸ਼ਾ ਵਰਕਰ ਨਾਲ ਕੀਤੇ ਵਾਅਦੇ ਜੋ ਕੀਤੇ ਸੀਗੇ ਜੋ ਹਰਿਆਣਾ ਸਰਕਾਰ ਦੇ ਰਹੀ ਆ, ਅਸੀਂ ਇਹਨਾਂ ਨੂੰ ਉਹ ਸਰਕਾਰ ਉਹਦੇ ਪਟਨ ਤੇ ਕਿਹਾ ਸੀਗਾ, ਉਹ ਸਾਡੀ ਇਹਨਾਂ ਨੇ ਮਨਜ਼ੂਰ ਨਹੀਂ ਕੀਤੀ ਉਹਦੇ ਵਰਖਲਾਪ ਤੇ ਜੰਜੂਆ ਟੈਕਸ ਦੇ ਵਰਖਲਾਪ। ਅਸੀਂ ਆਸ਼ਾ ਵਰਕਰ, ਮਿਡੇ ਮੀਲ, ਸਫਾਈ ਸੇਵਕ ਤੇ ਫੈਡਰੇਸ਼ਨ ਦੇ ਸਾਂਝੇ ਤੌਰ ਤੇ ਇਹ ਕਰ ਰਹੇ ਹਾਂ। ਆਰਥੀ ਭੁੱਖ ਮੁਜਾਰੇ ਬਲਾਕਾਂ ਦੇ ਵਿੱਚ ਕਰ ਰਹੇ ਹਾਂ, ਫਿਰ ਜ਼ਿਲ੍ਹਿਆਂ ਦੇ ਵਿੱਚ। ਜੇ ਕੈਪਟਨ ਸਰਕਾਰ ਨੇ ਸਾਡੀ ਨਾ ਵੀ ਨਹੀਂ ਸੁਣੀ ਤਾਂ ਅਸੀਂ ਪੰਜਾਬ ਸਰਕਾਰ ਤੇ ਧਰਨਾ ਲਾਵਾਂਗੇ, ਪੰਜਾਬ ਲੈਵਲ ਤੇ ਲਾਵਾਂਗੇ, ਕੈਪਟਨ ਸਾਹਿਬ ਦੀ ਕੋਠੀ ਦੇ ਘਰਾਓ ਕਰਾਂਗੇ।